ਲਓ ਜੀ ਹੁਣ ਆਪਾਂ ਪੀਜ਼ੇ ਦਾ ਘੋਲ ਤਿਆਰ ਕਰਦੇ ਹਾਂ। ਇਹ ਇੱਕ ਕੌਲੀ ਮੈਂ ਲੈਤੀ ਹੈ ਮੈਦਾ, ਫਿਰ ਥੋੜ੍ਹਾ ਜਿਹਾ ਪਾਵਾਂਗੇ ਬੇਕਿੰਗ ਸੋਡਾ। ਇਹਦੇ ਵਿੱਚ ਇੰਨਾ ਕੁ ਮੈਂ ਬੇਕਿੰਗ ਸੋਡਾ ਪਾ ਰਹੀ ਹਾਂ, ਜਿੰਨਾ ਇਹ ਪਾਇਆ ਇਹਦੇ ਨਾਲੋਂ ਥੋੜ੍ਹਾ ਜਿਹਾ ਦੁੱਗਣਾ, ਮਤਲਬ ਕਿ ਬੇਕਿੰਗ ਪਾਊਡਰ ਇਹ ਪਾਤਾ ਆਪਾਂ ਇਹਦੇ ਵਿੱਚ। ਇਹਦੇ ਵਿੱਚ ਥੋੜ੍ਹਾ ਜਿਹਾ ਪਾਵਾਂਗੇ ਨਮਕ ਸਵਾਦ ਅਨੁਸਾਰ, ਅਤੇ ਬਾਕੀ ਆ ਮੈਂ ਪੇਸਟ ਬਣਾ ਕੇ ਰੱਖਿਆ ਹੋਇਆ ਹਰੀ ਮਿਰਚ ਅਤੇ ਪਿਆਜ਼ ਦਾ, ਇਹਦੇ ਵਿੱਚ ਪਾਵਾਂਗੇ। ਦਹੀਂ ਨਾਲ ਗੁੰਨਾਂਗੇ, ਦਹੀਂ ਲਿਆਤਾ ਮੈਂ, ਜਿੰਨਾ ਕੁ ਮੈਨੂੰ ਜ਼ਰੂਰਤ ਹੋਊ ਮੈਂ ਉਨਾ ਕੁ ਵਿੱਚ ਪਾ ਕੇ ਉਹਨੂੰ ਮਲ ਲਉਂਗੀ। ਇਹ ਮੇਰਾ ਘਰ ਦਾ ਘਿਓ ਹੈ ਬਣਾਇਆ ਹੋਇਆ, ਦੇਖੋ ਕਾਫੀ ਟਾਈਮ ਨਾਲ ਮੈਂ ਹੁਣ ਮੈਂ ਇਹਨੂੰ ਰੈਪ 'ਚ ਕਢਾ ਕੇ ਫਿਰ ਵੀ ਸੁੰਦਰ ਖਾਉਂਦੀ ਇਹਨੂੰ ਸਮਾਰ ਕੇ ਢੱਕ ਕੇ ਬੰਦ ਕਰਕੇ ਸ਼ਿਮਲਾ ਮਿਰਚ ਪਿਆਜ਼ ਇੱਕ ਪਨੀਰ, ਇਹ ਆਪਾਂ ਨੇ ਤਿੰਨੇ ਚੀਜ਼ਾਂ ਜਿਹੜੇ ਪੀਜ਼ੇ ਦੇ ਉੱਪਰ ਪਾਉਣੀਆਂ ਨੇ।
ਜੋ ਕੁਛ ਜਿਹੜੀਆਂ ਵੀ ਸਬਜ਼ੀਆਂ ਤੁਸੀਂ ਲਾਈਕ ਕਰਦੇ ਹੋ ਖਾਣ ਵਾਸਤੇ ਪਸੰਦ ਕਰਦੇ ਹੋ ਤੁਸੀਂ ਉਹ ਪਾ ਸਕਦੇ ਹੋ। ਕਿਉਂਕਿ ਅਸੀਂ ਮੇਰੇ ਕੋਲ ਇਹ ਤਿੰਨ ਚੀਜ਼ਾਂ ਸਬਜ਼ੀਆਂ ਤਿੰਨੇ ਪਾਉਣੇ। ਇਹ ਆਪਣਾ ਘਰ ਦਾ ਹੀ ਪਨੀਰ ਹੈ, ਘਰ ਦੇ ਸ਼ਿਮਲਾ ਮਿਰਚ ਹੈ, ਘਰ ਦਾ ਤੇਲ। ਤਿੰਨੋਂ ਚੀਜ਼ਾਂ ਆਪਾਂ ਜਿਹੜਾ ਜੋ ਕੁਛ ਆਪਣੇ ਘਰ ਹੈਗਾ ਅਤੇ ਆਪਾਂ ਉਹਦੇ ਸਾਰੀ ਚੀਜ਼ਾਂ ਬਣਾ ਰਹੇ ਹਾਂ ਸਿੰਪਲ ਜਿਹੜਾ ਤੁਸੀਂ ਘਰ। ਅਤੇ ਜਿਹੜੇ ਮੈਂ ਪੀਜ਼ਾ ਸੌਸ ਬਣਾਈ ਹੈਗੀ, ਆਹ ਪੀਜ਼ਾ ਸੌਸ ਬਣਾਈ ਹੋਈ ਹੈ ਮੇਰੀ, ਇਹਦੇ ਵਿੱਚ ਮੈਂ ਪਾਈਆਂ ਨੇ ਦੋ ਲਾਲ ਮਿਰਚਾਂ ਅਤੇ ਤਿੰਨ ਟਮਾਟਰ, ਤਿੰਨ ਲਾਲ ਟਮਾਟਰ ਘਿਓ ਪਾਏ ਅਤੇ ਸ਼ੂਗਰ ਪਾਈ ਹੈ, ਸ਼ੂਗਰ ਵੀ ਨਮਕ ਵੀ ਪਾਇਆ ਸਵਾਦ ਅਨੁਸਾਰ ਨਮਕ ਪਾਇਆ ਸਵਾਦ। ਹੁਣ ਦੁਬਾਰਾ ਇਹ ਕੀ ਕਹਾਂ ਤਿਆਰ ਕਰੀਏ ਪੀਜ਼ਾ ਸੌਸ, ਇਹ ਹੁਣ ਦੱਸਾਂਗੇ ਵੀ ਕਿਵੇਂ ਲਾਉਣੀ ਹੈ ਸਾਰਾ ਕੁਛ। ਹੁਣ ਆਪਾਂ ਨੇ ਇਹ ਸਮਾਨ ਕੱਟ ਕੇ ਤਿਆਰ ਕਰਦੇ ਹਾਂ, ਉਸ ਤੋਂ ਬਾਅਦ ਜਿੰਨਾ ਚਿਰ ਆਪਣਾ ਡੋਹ ਤਿਆਰ ਹੋ ਜੂ ਨਾਲੇ ਫਿਰ ਆਪਾਂ ਬਣਾਵਾਂਗੇ ਪੀਜ਼ਾ। ਆਪਾਂ ਨੇ ਜਿਹੜਾ ਪੀਜ਼ੇ ਦਾ
ਸਮਾਨ ਤਿਆਰ ਕਰਨਾ ਸੀਗਾ ਉਹ ਕਰ ਲਿਆ ਆ ਪਨੀਰ ਕੱਦੂ ਬਸ ਕਰ ਲਿਆ ਸ਼ਿਮਲਾ ਮਿਰਚ ਕੱਟ ਲਈ ਤੇ ਪਿਆਜ਼ ਕੱਟ ਲਿਆ ਆ ਪਾਣੇ ਕਹਤੀ ਇੱਕ ਨਿੰਬੂ ਤਾਜ਼ੀ ਦੇ ਮਲਾਈ ਮਲਾਈ ਕਹਿ ਸਕਦੇ ਹਾਂ ਹੁਣ ਆਪਾਂ ਦੇਖੋ ਕਿੰਨਾ ਵਧੀਆ ਫੁੱਲ ਗਿਆ ਇਹ ਕਿੰਨਾ ਵਧੀਆ ਫੁੱਲ ਗਿਆ ਹੁਣ ਇਹਨੂੰ ਆਪਾਂ ਬਾਹਰ ਕੱਢ ਲਾਂਗੇ ਹੁਣ ਆਪਾਂ ਇਹਨੂੰ ਐਂ ਫੈਲਾ ਲਾਂਗੇ ਪੂਰਾ ਜਿੰਨਾ ਕੁ ਆਪਾਂ ਨੂੰ ਸਾਈਜ਼ ਚਾਹੀਦਾ ਜਿੰਨਾ ਮਰਜ਼ੀ ਸਾਈਜ਼ ਕਰ ਲਓ ਥੋੜ੍ਹਾ ਥੋੜ੍ਹਾ ਮੈਦਾ ਵੀ ਲਾ ਸਕਦੇ ਹਾਂ ਆਪਾਂ ਇਹਨੂੰ ਸੁੱਕਾ ਮੈਦਾ ਮਚਾਉਣੀ ਤਾਂ ਭੁੱਲੀ ਪਏ ਆਪਾਂ ਇਹ ਕੜਾਹੀ ਪੀਜ਼ਾ ਬਣਾਵਾਂਗੇ ਮੈਂ ਕੜਾਹੀ ਲੈਤੀ ਹੈ ਗੈਸ 'ਤੇ ਰੱਖਤੀ ਹੈ ਵਿੱਚ ਇਹਦੇ ਬਰੇਤੀ ਪਾਈ ਹੈ ਗੈਸ ਚਲਾ ਦਾਂਗੇ ਗੈਸ ਚਲਾ ਦਾਂਗੇ ਜਦ ਤੱਕ ਇਹ ਗਰਮ ਹੁੰਦਾ ਆਪਾਂ ਉਹਨੂੰ ਬਣਾ ਲੈਂਦੇ ਹਾਂ ਸਵਾਰ ਕੇ ਹੁਣ ਤੁਸੀਂ ਕਿਹੜੀ ਚੀਜ਼ ਦੇ ਵਿੱਚ ਬਣਾ ਰਹੇ ਹੋ ਕੁਛ ਵੀ ਬਣਾ ਸਕਦੇ ਹੋ ਇਹਦੇ ਵਿੱਚ ਮੈਂ ਨੀਚੇ ਥੋੜ੍ਹਾ ਜਿਹਾ ਘਿਓ ਲਾਉਂਗੀ ਦੇਸੀ ਤਾਂ ਕਿ ਨਾਲ ਨਾਲ ਨਾ ਲੱਗ ਸਕੇ ਇਹਦੇ ਆਰਾਮ ਨਾਲ ਨਿਕਲ ਸਕੇ ਹੁਣ ਇਹਦੇ ਵਿੱਚ ਆਪਾਂ ਨੇ ਘਿਓ ਲਾ ਲਿਆ ਹੁਣ ਆਪਾਂ ਇਹਨੂੰ ਇਹਦੇ ਵਿੱਚ ਰੱਖਾਂਗੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਧਰ ਲਿਆ ਜਿੰਨਾ ਤੁਸੀਂ ਮਰਜ਼ੀ ਵਧਾ ਸਕਦੇ ਹੋ ਜਿੰਨੀ ਤੁਹਾਡੀ ਮਰਜ਼ੀ ਹੈ ਜਿੰਨਾ ਤੁਸੀਂ ਪਤਲਾ ਖਾਣਾ ਪਸੰਦ ਕਰਦੇ ਹੋ ਜਾਂ ਮੋਟਾ ਇਹਦੇ ਆਲੇ ਦੁਆਲੇ ਨਾ ਇਹ ਐਂ ਕਰਾਂਗੇ ਆਪਾਂ ਤਾਂ ਕਿ ਲੇਅਰ ਜੀ ਬਣਾ ਦਾਂਗੇ ਇੱਕ ਜਿਹੜੀ ਆਪਾਂ ਪੀਜ਼ਾ ਸੌਸ ਪਾਵਾਂਗੇ ਜਾਂ ਆਪਾਂ ਕਰੀਮ ਪਾਵਾਂਗੇ ਜੋ ਬਾਹਰ ਨਾ ਇਹ ਫੁੱਲੂਗਾ ਵਿੱਚ ਵੀ ਆਪਾਂ ਇਹਦੇ ਹਲਕਾ ਹਲਕਾ ਲੈ ਲਾਂਗੇ ਉੱਪਰ ਲਾਵਾਂਗੇ ਪੀਜ਼ਾ ਸੌਸ
ਪਨੀਰ ਜ਼ਿਆਦਾ ਪਾ ਰਹੀ ਹਾਂ। ਉੱਧਰ ਆਪਣੀ ਕੜਾਹੀ ਰੱਖੀ ਹੋਈ ਹੈ, ਜਦ ਤੱਕ ਉਹ ਗਰਮ ਹੋ ਰਹੀ ਹੈ ਉਦੋਂ ਤੱਕ ਆਪਾਂ ਇਹਨੂੰ ਬਣਾ ਲੈਂਦੇ ਹਾਂ। ਹੁਣ ਆਪਾਂ ਉੱਪਰ ਫੇਰ ਕਰੀਮ ਪਾਵਾਂਗੇ, ਜਗ੍ਹਾ ਤੇ ਤੁਸੀਂ ਚੀਜ਼ ਵੀ ਪਾ ਸਕਦੇ ਹੋ। ਤਿਆਰ ਹੈ ਬਿਲਕੁਲ। ਹੁਣ ਆਪਾਂ ਦੇਖਦੇ ਹਾਂ ਵੀ ਉਹ ਗਰਮ ਹੋ ਗਿਆ, ਫਿਰ ਆਪਾਂ ਉਹਦੇ ਵਿੱਚ 10 ਮਿੰਟ ਲਈ ਇਹਨੂੰ ਰੱਖਾਂਗੇ ਕਵਰ ਕਰਕੇ ਢੱਕ ਕੇ। ਹੁਣ ਇੱਕ ਵਾਰੀ ਆਪਾਂ ਚੈੱਕ ਕਰਦੇ ਹਾਂ ਕਿ ਗਰਮ ਹੋ ਗਿਆ। ਦੇਖੋ ਹੱਥ ਨੂੰ ਸੇਕ ਲੱਗੂਗਾ ਜਦੋਂ, ਹੁਣ ਸੇਕ ਆ ਰਹੇ ਆ। ਹੁਣ ਆਪਾਂ ਇਹਨੂੰ ਉੱਪਰੋਂ ਢਕਾਂਗੇ 10 ਮਿੰਟ ਲਈ, ਕਿਉਂਕਿ ਇਹਨੂੰ ਪੱਕਣ ਨੂੰ ਟਾਈਮ ਲੱਗ ਦੇਣਾ। ਸਿਮ 'ਤੇ ਕਰ ਦਾਂਗੇ ਗੈਸ ਨੂੰ, ਇਹਨੂੰ ਪੂਰਾ ਬੰਦ ਕਰ ਦਾਂਗੇ ਜਿੱਥੇ ਇਹਨੂੰ ਹਵਾ ਨਾ ਪੈ ਸਕੇ। ਹੁਣ ਉਸ ਨੂੰ ਦਿਖਾਉਣੇ ਆ 10 ਮਿੰਟ ਬਾਅਦ ਵੀ ਆਪਣਾ ਪੀਜ਼ਾ ਕਿਵੇਂ ਦਾ ਬਣ ਗਿਆ। 15 ਮਿੰਟ ਹੋ ਗਏ ਆਪਣੇ ਪੀਜ਼ੇ ਨੂੰ ਰੱਖੇ ਨੂੰ, ਹੁਣ ਦੇਖਦੇ ਹਾਂ ਵੀ ਕਿੰਨਾ ਕੁ ਬਣ ਗਿਆ ਅਤੇ ਕਿੰਨਾ ਕੁ ਕੱਚਾ। ਬਣ ਗਿਆ ਘਰ ਦੇ ਨਾਲ ਮੈਦਾ ਲੱਗ ਕੇ ਆਉਂਦੇ ਤਾਂ ਸਾਨੂੰ ਮੰਨ ਲਓ ਕਿ ਬਣਿਆ ਨਹੀਂ। ਤਾਂ ਇਹਨੂੰ 5 ਮਿੰਟ ਲਈ ਆਪਾਂ ਹੋਰ ਢੱਕ ਦਾਂਗੇ। ਵੈਸੇ ਸਾਡਾ ਪੀਜ਼ਾ ਬਣ ਕੇ ਤਿਆਰ ਹੈ, ਕੜਾਹੀ ਪੀਜ਼ਾ। ਹੁਣ ਆਪਾਂ ਇਹਨੂੰ ਬਾਹਰ ਕੱਢਦੇ ਹਾਂ, ਗੈਸ ਕਰਦੇ ਹਾਂ ਬੰਦ। ਹੁਣ ਆਪਣਾ ਪੀਜ਼ਾ ਬਣ ਕੇ ਤਿਆਰ ਹੈ। ਹੁਣ ਆਪਾਂ ਦੇਖਦੇ ਹਾਂ ਵੀ ਕਿੱਦਾਂ ਦਾ ਬਣੇ। ਦੇਖੋ ਕਿੰਨਾ ਵਧੀਆ ਬਣੇ, ਦੇਖੋ ਕਿੰਨਾ ਵਧੀਆ, ਸਾਰਾ ਪੱਕ ਗਿਆ ਨੀਚਿਓਂ ਵੀ, ਸਾਰਾ ਪੂਰਾ ਵਧੀਆ ਬਣਿਆ ਹੋਇਆ ਪੀਜ਼ਾ। ਲਓ ਤੁਸੀਂ ਵੀ ਟੇਸਟੀ ਕਰੋ, ਦੱਸੋ ਸਾਨੂੰ ਕਿੱਦਾਂ ਦਾ ਬਣਿਆ। ਹੁਣ ਅਸੀਂ ਵੀ ਖਾਂਦੇ ਹਾਂ, ਦੱਸਾਂਗੇ ਤੁਹਾਨੂੰ ਵੀ ਕਿਵੇਂ ਦਾ ਲੱਗਿਆ। ਲਓ ਜੀ ਹੁਣ ਆਪਾਂ ਨੇ ਪੀਜ਼ਾ ਬਣਾ ਲਿਆ, ਤਿਆਰ ਕਰ ਲਿਆ। ਹੁਣ ਆਪਾਂ ਨੇ ਦਿਖਾ ਵੀ ਦਿੱਤਾ ਤੁਹਾਨੂੰ ਚੱਕ ਕੇ। ਦੇਖੋ ਬਹੁਤ ਵਧੀਆ ਪੀਜ਼ਾ ਬਣੇਗਾ, ਮੈਂ ਦੇਖਿਆ ਪੂਰਾ ਵਧੀਆ ਪੱਕਿਆ ਹੋਇਆ ਪੀਜ਼ਾ। ਤੁਸੀਂ ਵੀ ਬਣਾ ਕੇ ਦੇਖਿਓ ਘਰੇ, ਟਰਾਈ ਕਰਕੇ ਦੇਖਿਓ। ਜੇ ਤੁਹਾਨੂੰ ਵਧੀਆ ਲੱਗਿਆ ਸਾਡੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ।